ਸਸਿਕਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਵੈਕੈਂਸੀਜ਼ ਦੇ ਲਈ ਨਿਕਲ ਕੇ ਆ ਚੁੱਕਿਆ ਹੈ ਜੀ ਜਿਸ ਦੇ ਵਿੱਚ ਟੀਚਿੰਗ ਵਾਲੀ ਵੈਕੈਂਸੀ ਵੀ ਆਈਆਂ ਨੇ ਅਤੇ ਅਦਰ ਵੈਕੈਂਸੀਜ਼ ਵੀ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਤੁਸੀਂ ਇਹਦੇ ਲਈ ਕਿੱਦਾਂ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਉਹ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਇਹਦੇ ਲਈ ਤੁਸੀਂ Google ਜਾ ਕੇ ਟਾਈਪ ਕਰਨਾ ਜੀ meetacademy.xyz ਤੇ ਫਰਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਉਹ ਮਿਲ ਜਾਵੇਗੀ ਉੱਥੋਂ ਤੁਸੀਂ ਜੌਬ ਰਿਲੇਟਡ ਸਾਰੇ ਹੀ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦੱਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੀ ਹੈ ਜੀ ਇਸ ਦੇ ਵਿੱਚ ਇੰਪੋਰਟੈਂਟ ਡੇਟਸ ਸੀ ਤੇ ਸਭ ਤੋਂ ਪਹਿਲਾਂ ਇਹਦੇ ਲਈ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਜੀ ਔਰ ਇਸ ਦੇ ਲਈ ਲਾਸਟ ਡੇਟ ਅਪਲਾਈ ਕਰਨ ਦੀ ਜਿਹੜੀ ਹੈਗੀ ਹੈ ਜੀ 28 2022 ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਜਿਹੜੀ ਹੈ ਅਪਲਾਈ ਸੌਰੀ ਫੀਸ ਜਮ੍ਹਾਂ ਕਰਾਉਣ ਦੀ ਲਾਸਟ ਡੇਟ ਜਿਹੜੀ ਰਹੇਗੀ 16 8 ਰਹੇਗੀ ਔਰ ਇਸੇ ਦੇ ਨਾਲ ਅਪਲਾਈ ਕਰਨ ਦੀ ਵੀ ਤੇ ਜਿਹੜੀ ਹਾਰਡ ਕਾਪੀ ਹੋਏਗੀ ਤੁਹਾਡੀ ਪ੍ਰਿੰਟ ਆਊਟ ਆਨਲਾਈਨ ਅਪਲੀਕੇਸ਼ਨ ਦੀ ਤੇ ਤੁਹਾਡੇ ਜਿੰਨੇ ਸਪੋਰਟਿਵ ਡਾਕੂਮੈਂਟਸ ਹੋਣਗੇ ਉਹ ਤੁਸੀਂ ਬਾਈ ਹੈਂਡ ਜਾਂ ਕੂਰੀਅਰ ਸਬਮਿਟ ਕਰਾਣੇ ਹੋਣਗੇ 28 2022 ਤੱਕ ਟਾਈਮ ਥੋੜਾ ਘੱਟ ਦਿੱਤਾ ਗਿਆ ਹੈ ਜੀ ਲੇਕਿਨ ਤੁਸੀਂ ਅਪਲਾਈ ਜ਼ਰੂਰ ਕਰਨਾ ਹੈ ਪੋਸਟਾਂ ਅਲੱਗ-ਅਲੱਗ ਨੇ ਸਭ ਤੋਂ ਪਹਿਲਾਂ ਪੋਸਟਾਂ ਦੀ ਸੈਲਰੀ ਦੀ ਗੱਲ ਕਰ ਲੈਣੇ ਆ ਜੀ ਕਿੰਨੀ ਸੈਲਰੀ ਤੁਹਾਡੀ ਰਹੇਗੀ ਇਸ ਦੇ ਵਿੱਚ ਸਭ ਤੋਂ ਪਹਿਲੀ ਪੋਸਟ ਜਿਹੜੀ ਐਕਸਪੀਰੀਅੰਸ ਕੈਂਡੀਡੇਟ ਦੇ ਲਈ ਹੈ ਉਹ ਹੈਗੀ ਹੈ ਪ੍ਰਾਈਵੇਟ ਸੈਕਟਰੀ ਦੀ ਤੇ ਵਾਈਸ ਕਾਉਂਸਲਰ ਦੀ ਜੋ ਕਿ ਪ੍ਰਾਈਵੇਟ ਸੈਕਟਰ ਦੀ ਹੋਏਗੀ ਵਾਈਸ ਕਾਉਂਸਲਰ ਦੇ ਅੰਡਰ ਇੱਕ ਪੋਸਟ ਆਊਟ ਕੀਤੀ ਗਈ ਹੈ ਜੀ ਇਸ ਦੇ ਵਿੱਚ ਐਸ ਪਰ ਤੁਹਾਡੀ ਜੋ ਪ੍ਰੀਵੀਅਸ ਸੈਲਰੀ ਹੋਏਗੀ ਉਹਦੇ ਅਕੋਰਡਿੰਗਲੀ ਤੁਹਾਡੀ ਸੈਲਰੀ ਰਹੇਗੀ ਜਿਹੜੇ ਕੈਂਡੀਡੇਟ ਆਲਰੇਡੀ ਸਰਵਿੰਗ ਕਰ ਚੁੱਕੇ ਨੇ ਚਾਹ ਜ ਠੀਕ ਹੈ ਜੀ EMPLOYE OF PUNJAB GOVERNMENT UNIVERSITY ਦੇ ਜਾਂ ਕਿਸੇ ਵੀ PSCU ਦੇ ਅੰਡਰ 3 ਇਅਰ ਦਾ ਐਕਸਪੀਰੀਅੰਸ ਹੈਗਾ ਉਹਨਾਂ ਨੂੰ ਐਂਡ ਜਾਂ ਅੰਡਰ ਸੈਕਟਰੀ ਯੇ ਸੁਪੀਡੈਂਡੈਂਟ ਕੰਮ ਕਰਨ ਦਾ ਤਾਂ ਉਹਦੇ ਲਈ ਅਪਲਾਈ ਕਰ ਸਕਦੇ ਨੇ ਉਹਨਾਂ ਨੂੰ ਕੰਪਿਊਟਰ ਨੋਲੇਜ ਹੋਣੀ ਚਾਹੀਦੀ ਹੈ ਜੀ ਤੇ میٹرਿਕ ਤੇ ਪੰਜਾਬੀ ਸਬਜੈਕਟ ਨਾਲ ਪਾਸ ਆਊਟ ਹੋਣਾ ਜ਼ਰੂਰੀ ਹੋਵੇਗਾ ਤੇ ਨੈਕਸਟ ਜਿਹੜਾ ਜੀ ਪਰਸਨਲ ਅਸਿਸਟੈਂਟ ਰਜਿਸਟਰਾਰ ਦਾ ਜਿਹੜਾ ਜੀ ਰਹੇਗਾ ਇਸ ਦੇ ਵਿੱਚ ਜੋ ਪ੍ਰੀਵੀਅਸ ਤੁਹਾਡੀ ਸੈਲਰੀ ਹੋਏਗੀ ਉਹਦੇ ਅਕੋਰਡਿੰਗਲੀ ਤੁਹਾਨੂੰ ਦਿੱਤੀ ਜਾਏਗੀ ਔਰ ਇਸ ਦੇ ਵਿੱਚ ਤੁਹਾਡੀ ਜਿਹੜੇ ਰਿਟਾਇਰਡ ਕੈਂਡੀਡੇਟਸ ਹੋਣਗੇ ਉਹ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਉਹਨਾਂ ਨੂੰ ਵੀ ਕੰਪਿਊਟਰ ਦੀ ਨੌਲੇਜ ਹੋਣੀ ਜ਼ਰੂਰੀ ਹੈ ਤੇ میٹرਿਕ ਲੈਵਲ ਤੱਕ ਪੰਜਾਬੀ ਸਬਜੈਕਟ ਨਾਲ ਪਾਸ ਆਊਟ ਹੋਣਾ ਜ਼ਰੂਰੀ ਹੋਵੇਗਾ ਉਸ ਤੋਂ ਬਾਅਦ ਨੈਕਸਟ ਪੋਸਟ ਹੈ ਜੀ ਯੂਨੀਵਰਸਿਟੀ ਲਾਇਬ੍ਰੇਰੀਨ ਦੀ ਜਿਸ ਦੇ ਵਿੱਚ ਇੱਕ ਪੋਸਟ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਇਸਦੇ ਵੀ ਤੁਹਾਡੀ ਸੈਲਰੀ 47600 ਜਿਹੜੀ ਹੈ ਜੀ ਰਹੇਗੀ ਸੋ ਇਸ ਦੇ ਡਾਇਰੈਕਟਰ ਰਿਕਰੂਟਮੈਂਟ ਰਹੇਗੀ ਏ ਠੀਕ ਹੈ ਜੀ ਇਹਦੇ ਵਿੱਚ ਜਿਨ੍ਹਾਂ ਨੇ ਮਾਸਟਰ ਡਿਗਰੀ ਲਾਇਬ੍ਰੇਰੀ ਸਾਇੰਸ ਇਨਫੋਰਮੇਸ਼ਨ ਸਾਇੰਸ ਡਾਕੂਮੈਂਟੇਸ਼ਨ ਵਿੱਚ 55% ਮਾਰਕਸ ਦੇ ਨਾਲ ਕੀਤੀ ਹੋਈ ਹੈ ਜਾਂ ਇਸ ਦੇ ਇਕੁਇਵਲੈਂਟ ਬੀ ਗ੍ਰੇਡ ਤੱਕ ਤੁਹਾਡੇ ਯੂਜੀਸੀ 7 ਪੁਆਇੰਟ ਸਕیل ਤੁਹਾਡੇ ਕੋਲ ਹੈਗੇ ਨੇ ਅਕੈਡੈਮਿਕ ਰਿਕਾਰਡ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ 13 ਸਾਲ ਦਾ ਐਕਸਪੀਰੀਅੰਸ ਹੈਗਾ ਤੁਹਾਨੂੰ ਐਜ਼ ਅ ਡੈਪਟੀ ਲਾਇਬ੍ਰੇਰੀਅਨ ਕਿਸੇ ਵੀ ਯੂਨੀਵਰਸਿਟੀ ਲਾਇਬ੍ਰੇਰੀ ਦਾ 18 ਸਾਲ ਦਾ ਐਕਸਪੀਰੀਅੰਸ ਹੈਗਾ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਅਸਿਸਟੈਂਟ ਪ੍ਰੋਫੈਸਰ ਜਿਹੜੀ ਹੈ ਜੀ ਹੈਗੀ ਹੈ ਫਿਜ਼ੀਓਲੋਜੀ ਦੀ ਜੋ ਕਿ ਇੱਕ ਪੋਸਟ ਆਊਟ ਕੀਤੀ ਗਈ ਹੈ 56100 ਤੁਹਾਡੀ ਸੈਲਰੀ ਰਹੇਗੀ ਤੁਹਾਡੇ ਕੋਲ ਗੁੱਡ ਅਕੈਡੈਮਿਕ ਰਿਕਾਰਡ ਹੋਣਾ ਚਾਹੀਦਾ 55% ਮਾਰਕਸ ਦੇ ਨਾਲ ਜੋ ਕਿ ਤੁਹਾਡਾ ਰਹੇਗਾ ਸਬਜੈਕਟ ਸੇਮ ਰਹੇਗਾ ਮਾਸਟਰ ਡਿਗਰੀ ਤੁਸੀਂ ਕੀਤੀ ਹੋਈ ਹੈ ਸੇਮ ਸਬਜੈਕਟ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਤੁਹਾਡੇ ਕੁਆਲੀਫਿਕੇਸ਼ਨ ਦੇ ਨਾਲ ਨਾਲ ਤੁਹਾਨੂੰ ਜਿਹੜਾ ਹੈ ਜੀ ਉਹ ਐਜ਼ ਅ ਸਿਸਟਮ ਪ੍ਰੋਫੈਸਰ ਤੁਸੀਂ ਕਿਤੇ ਕੰਮ ਕੀਤਾ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਨੈਕਸਟ ਪੋਸਟ ਜਿਹੜੀ ਹੈਗੀ ਜੀ ਉਹ ਕਲਰਕ ਦੀ ਪੋਸਟ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਪੋਸਟ ਔਰ ਊਮਨ ਦੇ ਲਈ ਟੋਟਲ 6 ਪੋਸਟਾਂ ਨੇ ਇੱਕ ਐਸਸੀ ਜਨਰਲ ਜਨਰਲ ਈਡਬਲਯੂਐਸ ਹੈਂਡੀਕੈਪ ਤੇ ਇੱਕ ਸੈਰਿਸਨਲ ਕੈਂਡੀਡੇਟ ਲਈ ਪੋਸਟਾਂ ਨੇ 1900 ਤੁਹਾਡੀ ਸੈਲਰੀ ਰਹੇਗੀ ਡਾਇਰੈਕਟ ਰਿਕਰੂਟਮੈਂਟ ਹੈ ਬੈਚਲਰ ਡਿਗਰੀ ਰੈਕੋਗਨਾਈਜ਼ਡ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਤੁਸੀਂ ਔਰ ਐਟਲੀਸਟ 120 ਘੰਟੇ ਦਾ ਕੋਰਸ ਤੁਹਾਡੇ ਕੋਲ ਹੈਗਾ ਹੈ ਜੋ ਕਿ ਹੈਂਡਸ-ਆਨ ਐਕਸਪੀਰੀਅੰਸ ਹੈਗਾ ਪਰਸਨਲ ਕੰਪਿਊਟਰ ਇਨਫੋਰਮੇਸ਼ਨ ਟੈਕਨਾਲੋਜੀ ਆਫਿਸ ਪ੍ਰੋਡਕਟਿਵਿਟੀ ਐਪਲੀਕੇਸ਼ਨਸ ਦੇ ਵਿੱਚ ਡੈਸਕਟਾਪ ਪਬਲਿਕੇਸ਼ਨ ਐਪਲੀਕੇਸ਼ਨਸ ਦੇ ਵਿੱਚ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ ਔਰ ਉਸ ਤੋਂ ਬਾਅਦ ਤੁਹਾਡਾ ਕੋਲ ਆਲਓਵਰ ਸਰਟੀਫਿਕੇਟ ਹੈਗਾ ਤਾਂ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਪੰਜਾਬੀ ਸਬਜੈਕਟ ਨਾਲ میٹرਿਕ ਪਾਸ ਆਊਟ ਹੋਣਾ ਜ਼ਰੂਰੀ ਹੋਵੇਗਾ ਜੀ ਤੇ ਉਸ ਤੋਂ ਬਾਅਦ 18 ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟਸ ਲਈ ਐਲੀਜੀਬਲ ਨੇ ਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ ਉਸ ਤੋਂ ਬਾਅਦ ਸਟੋਰ ਕੀਪਰ ਦੀ ਇੱਕ ਵੈਕੈਂਸੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ 199 ਠੀਕ ਹੈ ਜੀ ਸੇਮ ਇਹਦੇ ਵਿੱਚ ਜਿਹੜੀ ਡਿਟੇਲਸ ਨੇ ਉਹ ਸੇਮ ਹੀ ਇਹਨਾਂ ਨੇ ਦਿੱਤੀਆਂ ਹੋਈਆਂ ਨੇ ਅਗਰ ਤੁਸੀਂ ਦੇਖ ਸਕਦੇ ਹੋ ਤਾਂ ਸਾਰੀ ਡਿਟੇਲ ਸੇਮ ਜਿਹੜੀ ਤੁਹਾਡੀ ਕਲਰਕ ਵਾਲੀਆ ਨੇ ਉਹੀ ਇਹਨਾਂ ਨੇ ਕੁਆਲਿਫਿਕੇਸ਼ਨ ਜਿਹੜੀ ਹੈ ਮੰਗੀ ਹੋਈ ਹੈ ਉਸ ਤੋਂ ਬਾਅਦ ਪ੍ਰਿੰਸੀਪਲ ਦੀ ਇੱਕ ਪੋਸਟ ਹੈ ਜੀ ਜਿਸ ਦੇ ਵਿੱਚ ਮਾਸਟਰ ਡਿਗਰੀ ਫਿਜ਼ੀਕਲ ਐਜੂਕੇਸ਼ਨ ਵਿੱਚ ਕੀਤੀ ਹੋਈ ਹੈ ਰੈਲੇਵੈਂਟ ਡਿਸਪਲਨ ਦੇ ਵਿੱਚ ਜਾਂ ਪੀ ਐਚ ਡੀ ਕੀਤੀ ਹੋਈ ਹੈ ਤੁਸੀਂ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਕਾਲਜ ਲਾਇਬ੍ਰੇਰੀਨ ਦੀ ਇੱਕ ਵੈਕੈਂਸੀ ਹੈ 47600 ਸੈਲਰੀ ਰਹੇਗੀ ਮਾਸਟਰ ਡਿਗਰੀ ਜਿਨ੍ਹਾਂ ਲਾਇਬ੍ਰੇਰੀ ਸਾਇੰਸ ਇਨਫੋਰਮੇਸ਼ਨ ਸਾਇੰਸ ਡਾਕੂਮੈਂਟੇਸ਼ਨ ਸਾਇ ਨੈਸ਼ਨਲ ਲੈਵਲ ਟੈਸਟ ਜਿਹੜਾ ਜੀ ਕੰਡਕਟ ਕੀਤਾ ਜਾਂਦਾ ਠੀਕ ਹੈ ਜੀ UGC ਦੁਆਰਾ ਠੀਕ ਹੈ ਜੀ ਕਿਸੇ ਵੀ ਅਥਾਰਟੀਜੈਂਸੀ ਦੁਆਰਾ ਅਪਰੂਵਡ UGC ਹੈਗਾ ਤੁਸੀਂ ਟੈਸਟ ਪਾਸ ਆਊਟ ਕੀਤਾ ਤਾਂ ਅਪਲਾਈ ਕਰ ਸਕਦੇ ਹੋ ਜੀ ਪੀਐਚਡੀ ਵਾਲੇ ਵੀ ਅਪਲਾਈ ਕਰ ਸਕਦੇ ਨੇ ਇਸ ਪੋਸਟ ਲਈ ਅਸਿਸਟੈਂਟ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ ਦੇ ਲਈ ਵੈਕੈਂਸੀ ਨੇ ਜਿਹਦੇ ਵਿੱਚ 6 ਵੈਕੈਂਸੀ ਨੇ 56 100 ਤੁਹਾਡੀ ਸੈਲਰੀ ਰਹੇਗੀ ਔਰ 55% ਮਾਰਕਸ ਦੇ ਨਾਲ ਤੁਸੀਂ ਜਿਹੜੇ ਤੁਹਾਡੇ ਕੋਲ ਹੈਗਾ ਮਾਸਟਰ ਡਿਗਰੀ ਹੈਗੀ ਐ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਬਾਕੀ ਨੈਕਸਟ ਅਗਰ ਗੱਲ ਕਰੀਏ ਟੈਕੋਰੀਕਲ ਕੁਆਲੀਫਿਕੇਸ਼ਨ ਜਿਹੜੀ ਹੈ ਜੀ ਉਸ ਹੋਣੀ ਚਾਹੀਦੀ ਹੈ ਜੋ ਕਿ ਸਪੈਸੀਫਿਕ ਸਬਜੈਕਟ ਵਿੱਚ ਮੰਗੀ ਗਈ ਹੈ ਉਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਪੋਸਟ ਆਊਟ ਕੀਤੀਆਂ ਗਈਆਂ ਅਸਿਸਟੈਂਟ ਪ੍ਰੋਫੈਸਰ ਦੀਆਂ ਠੀਕ ਹੈ ਜੀ ਸਿਸਟਮ ਪ੍ਰੋਫੈਸਰ ਇੰਗਲਿਸ਼ ਦੀਆਂ ਵੀ ਹੈ ਸੇ ਰੈਲੇਵੈਂਟ ਸਬਜੈਕਟ ਵਿੱਚ ਸੇਮ ਕੁਆਲੀਫਿਕੇਸ਼ਨ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਕੰਪਿਊਟਰ ਅਸਿਸਟੈਂਟ ਦੀ ਇੱਕ ਵੈਕੈਂਸੀ ਹੈ ਜਿਸ ਦੀ 35-400 ਸੈਲਰੀ ਰਹੇਗੀ ਜਿਨ੍ਹਾਂ ਨੇ ਡਿਗਰੀ ਕੀਤੀ ਹੋਈ BCA ਕੀਤਾ ਹੋਇਆ ਜਾਂ BE BTech ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਦੇ ਵਿੱਚ ਕੀਤਾ ਹੋਇਆ ਹੈ ਕੰਪਿਊਟਰ ਸਾਇੰਸ ਦੇ ਵਿੱਚ ਕੀਤਾ ਹੋਇਆ ਜਾਂ ਮਾਸਟਰ ਡਿਗਰੀ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਕੀਤੀ ਹੋਈ ਹੈ 50% ਮਾਰਕਸ ਨਾਲ ਅਪਲਾਈ ਕਰ ਸਕਦੇ ਨੇ ਤੁਹਾਨੂੰ 2 ਸਾਲ ਦਾ ਵਰਕਿੰਗ ਐਕਸਪੀਰੀਅੰਸ ਹੈਗਾ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਜਾਂ ਕੰਪਿਊਟਰ ਲੈਬ ਲੈਬਾਰਟਰੀ ਦੇ ਵਿੱਚ ਤਾਂ ਅਪਲਾਈ ਕਰ ਸਕਦੇ ਹੋ ਜੀ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਹੋਣਗੇ ਜੀ ਸਟਾਫ ਨਰਸ ਦੀ ਇੱਕ ਵੈਕੈਂਸੀ ਹੈ ਜਿਸ ਦੇ ਵਿੱਚ 29200 ਤੁਹਾਡੀ ਸੈਲਰੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਇਸ ਦੇ ਵਿੱਚ ਤੁਹਾਡਾ ਸੀਨੀਅਰ ਸੈਕੰਡਰੀ ਐਗਜ਼ਾਮੀਨੇਸ਼ਨ ਹੋਣੀ ਚਾਹੀਦੀ ਪਾਸ ਆਊਟ ਹੋਣੇ ਡਿਪਲੋਮਾ ਹੈਗਾ ਜਨਰਲ ਨਰਸਿੰਗ ਦਾ ਮਿਡਵਾਈਫਰੀ ਦਾ ਤਾਂ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਔਰ ਤੁਸੀਂ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਦੇ ਅੰਡਰ ਰਜਿਸਟਰਡ ਹੋਣੇ ਚਾਹੀਦੇ ਨੇ ਜੀ ਔਰ ਉਸ ਤੋਂ ਬਾਅਦ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਲੈਬ ਅਟੈਂਡੈਂਟ ਦੀ ਇੱਕ ਵੈਕੈਂਸੀ ਹੈ 19900 ਤੁਹਾਡੀ ਸੈਲਰੀ ਰਹਿਣ ਵਾਲੀ ਹੈ ਪਲੱਸ 2 ਪਾਸ ਆਊਟ ਤੁਸੀਂ ਕੀਤੀ ਹੋਈ ਕਿਸੇ ਬੋਡੀ ਨੂੰ ਸੀ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਡਿਪਲੋਮਾ ਤੁਸੀਂ ਕੀਤਾ ਹੈ ਲੈਬਾਰਟਰੀ ਟੈਕਨੋਲੋਜੀ ਦੇ ਵਿੱਚ ਤਾਂ ਤੁਹਾਨੂੰ ਵੀ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਸੇਮ ਇਹਦੇ ਲਈ ਵੀ ਏਜ 18 ਤੋਂ 37 ਹੈ ਕਲਰਕ ਦੀਆਂ ਦੋ ਪੋਸਟਾਂ ਨੇ ਜੀ 1990 ਤੁਹਾਡੀ ਸੈਲਰੀ ਰਹੇਗੀ ਜਿਸ ਵਿੱਚ ਬੈਚਲਰ ਡਿਗਰੀ ਮੰਗੀ ਗਈ ਹੈ 120 ਘੰਟੇ ਦਾ ਤੁਹਾਡੇ ਕੋਲ ਕੋਰਸ ਹੈਗਾ ਕੰਪਿਊਟਰ ਕੋਰਸ ਜਾਂ 올 ਲੈਵਲ ਸਰਟੀਫਿਕੇਟ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਫਰੈਸ਼ਰਸ ਐਲੀਜੀਬਲ ਨੇ ਅਸਿਸਟੈਂਟ ਪਰ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ ਦੇ ਦੋ ਵੈਕੈਂਸੀਜ਼ ਨੇ ਜਿਹਦੇ ਲਈ ਸੇਮ ਰਿਕਾਰਡ ਮੰਗਿਆ ਗਿਆ ਹੈ ਜੀ ਤੁਹਾਡੇ ਕੋਲ ਮਾਸਟਰ ਡਿਗਰੀ ਫਿਜ਼ੀਕਲ ਐਜੂਕੇਸ਼ਨ ਦੇ ਅੰਦਰ ਉਸ ਤੋਂ ਬਾਅਦ ਫਿਜ਼ੀਕਲ ਫਿਟਨੈਸ ਟ੍ਰੇਨਰ ਦੀ ਵੈਕੈਂਸੀਜ਼ ਨੇ 35 ਦਾ 400 ਸੈਲਰੀ ਰਹੇਗੀ ਤੁਸੀਂ ਗ੍ਰੈਜੂਏਟ ਆਫ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਸਪੋਰਟਸ ਦੇ ਵਿੱਚ ਸਪੋਰਟਸ ਸਾਇੰਸ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਹੈਲਥ ਫਿਟਨੈਸ ਕੀਤਾ ਹੋਇਆ ਜਾਂ ਵੈਲਨੈਸ ਔਰ ਹੈਲਥ ਫਿਟਨੈਸ ਟ੍ਰੇਨਰ ਤੁਸੀਂ ਰਾਜ ਚੱਕੇ ਹੋ 3 ਸਾਲ ਦਾ ਐਕਸਪੀਰੀਅੰਸ ਆ ਫਿਟਨੈਸ ਐਂਡ ਇੰਡਸਟਰੀ ਦਾ ਤਾਂ ਤੁਸੀਂ ਇਹਦੇ ਲਈ ਅਪਲਾਈ ਆਫ ਕਰ ਸਕਦੇ ਹੋ ਜੀ ਨੈਕਸਟ ਕਲਰਕ ਦੀ ਫੇਰ ਦੁਬਾਰਤੋ ਇੱਕ ਵੈਕੈਂਸੀ ਹੈ ਜੀ 19900 ਸੈਲਰੀ ਰਹੇਗੀ ਬੈਚਲਰ ਡਿਗਰੀ ਵਾਲੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਔਰ 올 ਲੈਵਲ ਸਰਟੀਫਿਕੇਟ ਹੈਗਾ ਜਾਂ ਕੰਪਿਊਟਰ ਕੋਰਸ ਕੀਤਾ ਹੈ 12 ਵੀਕਾਂਟ ਦਾ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸਟੋਰ ਕੀਪਰ ਦੀ ਵੈਕੈਂਸੀ ਹੈ ਇਦਿਲੀ ਵੀ ਸੇਮ ਕਲਰਕ ਵਾਲੀ ਹੀ ਜਿਹੜੀ ਹੈ ਜੀ ਉਹ ਮੰਗੀ ਗਈ ਹੈ ਨੈਕਸਟ ਅਲੱਗ ਜਿਹੜੇ ਕਾਲਜਿਸ ਨੇ ਉਹਨਾਂ ਲਈ ਅਲੱਗ-ਅਲੱਗ ਵੈਕੈਂਸੀਜ਼ ਜਿਹੜੀਆਂ ਨੇ ਉਹ ਕੱਢੀਆਂ ਗਈਆਂ ਨੇ ਇਸ ਦੇ ਵਿੱਚ ਕਾਫੀ ਅਲੱਗ-ਅਲੱਗ ਵੈਕੈਂਸੀਜ਼ ਨੇ ਠੀਕ ਹੈ ਜੀ ਅਸਿਸਟੈਂਟ ਪ੍ਰੋਫੈਸਰ ਦੀਆਂ ਕਲਰਕ ਦੀਆਂ ਬਾਕੀ ਡਿਟੇਲਸ ਤੁਸੀਂ ਖੁਦ ਵੀ ਪੜ ਸਕਦੇ ਹੋ ਜੀ ਇਹ ਡਿਟੇਲ ਮੈਂ ਤੁਹਾਨੂੰ ਜਿਹੜੀਆਂ ਦੇ ਦਵਾਂਗਾ ਇਸ ਦੇ ਵਿੱਚ ਇਹ ਟੋਟਲ ਜਿਹੜੇ ਪੇजेस ਨੇ ਇਸ ਦੇ ਵਿੱਚ ਟੋਟਲ ਜਿਹੜੇ ਨੇ ਉਹ 20 ਤੋਂ 25 ਪੇजेस ਦਾ ਇਹ ਪੀਡੀਐਫ ਹੈਗਾ ਇਹਨੂੰ ਤੁਸੀਂ ਪੜਨਾ ਹੈ ਜੀ ਆਨਲਾਈਨ ਐਪਲੀਕੇਸ਼ਨ ਸਿਰਫ ਇਨਵਾਈਟ ਕੀਤੀਆਂ ਗਈਆਂ ਨੇ ਲਿੰਕ ਮੈਂ ਡਿਸਕ ਕਰ ਲੈਣਾ ਜੀ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਾਂ